ਸਰ ਅੱਜ ਚਾਰਜ ਸੰਭਾਲ ਲਿਆ ਪਹਿਲਾਂ ਤਾਂ ਇੱਕ ਅਹਿਮ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ ਲੋਕਲ ਬੋਰਡ ਮਿਨਿਸਟਰ ਸਥਾਨਕ ਸਰਕਾਰਾਂ ਬਾਰੇ ਸਰਕਾਰ ਕਹਿ ਲਈ ਅੱਧੀ ਸਰਕਾਰ ਕਹਿੰਦੇ ਇੱਥੋਂ ਚੱਲਦੀ ਹੈਗੀ ਪੰਜਾਬ ਦੀ ਮੈਂ ਪਹਿਲਾਂ ਹੀ ਸੋਦੀ ਪ੍ਰੈਸ ਨੂੰ ਜਿਹੜਾ ਬਰੀਫ ਕੀਤਾ ਹੈਗਾ ਕਿ ਮੇਰੀ ਫਰਸਟ ਪ੍ਰਾਇਓਰਟੀ ਰਹੇਗੀ 0 ਡਾਲਰਸ ਕ腐ਸ਼ਨ ਸੈਕੰਡ ਜੋ ਵਰਕਿੰਗ ਹੈ ਸਫਾਈ ਸੀਵਰੇਜ ਰੋਡਸ ਲਾਈਟਨਿੰਗ ਇਹਨਾਂ ਉਤੇ ਕੰਮ ਕਰਾਂਗੇ ਕਿਉਂਕਿ ਜੋ ਦੁਗਨੀਆਂ ਬੇਸਿਕ ਲੋੜਾਂ ਜਿਨ੍ਹਾਂ ਤੋਂ ਲੋਕ ਪਰੇਸ਼ਾਨ ਹੈ ਔਰ ਉਹਨਾਂ ਚੀਜ਼ਾਂ ਤੇ ਅਸੀਂ ਸਾਰਾ ਕੰਮ ਕਰਾਂਗੇ ਔਰ ਜਿਹੜਾ ਵਧੀਆ ਤਰੀਕੇ ਨਾਲ ਪ੍ਰਚਾਰ ਕਰੂ। ਤੂੰ ਵੱਡੀ ਜ਼ਿੰਮੇਵਾਰੀ ਇਸ ਦੇ ਵਿੱਚ ਸਮਝੀ ਜਾਂਦੀ ਹੈ ਕਿ ਲੋਕਲ ਬਾਡੀ ਦੇ ਇਲੈਕਸ਼ਨ, ਮੇਅਰ ਦੇ ਇਲੈਕਸ਼ਨ, ਜਿੰਪਾ ਜੀ ਤੁਹਾਡੇ ਨਾਲ ਖੜੇ ਆ ਤੁਹਾਡੇ ਆਪਣੇ ਏਰੀਆ ਜਲੰਧਰ ਦੇ ਇਲੈਕਸ਼ਨ ਹੋਗੇ, ਅੰਮ੍ਰਿਤਸਰ ਦੇ ਇਲੈਕਸ਼ਨ ਹੋਣ ਵਾਲੇ ਨੇ, ਪਟਿਆਲਾ ਦੇ ਇਲੈਕਸ਼ਨ ਹੋਣ ਵਾਲੇ ਨੇ, ਲੁਧਿਆਣਾ ਦੇ ਇਲੈਕਸ਼ਨ ਹੋਣ ਵਾਲੇ ਨੇ ਤਾਂ ਇਹ ਮੇਰਾਂ ਦੀ ਜ਼ਿੰਮੇਵਾਰੀ ਹੁਣ ਤੁਹਾਡੇ ਤੇ ਰਹੇਗੀ ਕਿ ਤੁਸੀਂ ਜਿਤਾ ਕੇ ਦੇਣੇ। ਸੀਐਮ ਸਾਹਿਬ ਤੇ ਮਾਨ ਸਾਹਿਬ ਦੇ ਲੋਕਾਂ ਨੇ ਪਹਿਲਾਂ ਬੜਾ ਵਿਸ਼ਵਾਸ ਕੀਤਾ ਜਿਮਨੀ ਚੋਂ ਇੱਕ ਜਨਰ ਦੀ ਸਫਤ ਕਰ ਦਿੱਤਾ। ਤੋ ਐਸੇ ਤਰ੍ਹਾਂ ਹੀ ਲੋਕ ਸੀਐਮ ਸਾਹਿਬ ਦੇ ਫੈਨ ਹੈ ਉਹਨਾਂ ਦੇ ਕੀਤੇ ਹੋਏ ਕੰਮਾਂ ਤੋਂ ਲੋਕ ਪ੍ਰਭਾਵਿਤ ਹੈ ਔਰ ਜਿਹੜਾ ਬਹੁਤ ਹੀ ਵਧੀਆ ਤਰੀਕੇ ਨਾਲ ਜੜੀਆਂ ਚੋਣਾਂ ਲੜਾਂਗੇ ਔਰ ਜਿਤਕ ਬਹੁਤ ਸਾਰੇ ਐਮਸੀਏ ਜੀ ਨੇ ਜਿਨ੍ਹਾਂ ਦੇ ਕੋਲੇ ਪੈਸਾ ਨਹੀਂ ਹੈ ਕਹਿੰਦਾ ਭਾਵਾ ਕਿ ਜਿਹੜੀ ਮਿਊਨਿਸਪਲ ਕਾਰਪੋਰੇਸ਼ਨਾਂ ਨੇ ਉਹਨਾਂ ਕੋਲੇ ਪੈਸਾ ਦੀ ਕਮੀ ਹੈ ਉਹਨਾਂ ਨੂੰ ਕਿਸ ਤਰੀਕੇ ਨਾਲ ਪੂਰਾ ਕੀਤਾ ਜਾਏਗਾ ਔਰ ਇਲੈਕਸ਼ਨ ਤੋਂ ਪਹਿਲਾਂ ਲੋਕਾਂ ਦੇ ਕੰਮ ਕਿਸ ਤਰੀਕੇ ਨਾਲ ਕੰਪਲੀਟ ਹੈ ਜਿਹੜੇ ਕੀਤੇ ਜਾਣਗੇ ਦੇਖੋ ਜੇ ਫਸਟ ਹੈ ਇਸ ਸਾਰੀਆਂ ਚੀਜ਼ਾਂ ਅਜ਼ਮਾਨ ਕਰਕੇ ਫਿਰ ਤੈਨੂੰ ਬਰੀਫ ਕਰਾਂਗੇ ਟਾਈਮ ਟੂ ਟਾਈਮ ਇਹ ਚੀਜ਼ਾਂ ਹੁੰਦੀਆਂ ਟਾਈਮ ਟੂ ਟਾਈਮ ਹਰ ਚੀਜ਼ ਨੂੰ ਗੱਲ ਨੂੰ ਦੇਖਣਾ ਕਰਨਾ ਫਿਰ ਗੱਲ ਨੂੰ ਕੱਢ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਕਰਨਾ ਲੰਬੇ ਸਮੇਂ ਤੋਂ ਇੱਕ ਅਫਸਰ ਦੇ ਤੌਰ ਤੇ ਪਹਿਲਾਂ ਜ਼ਿੰਮੇਵਾਰੀ ਨਿਭਾਈ ਫਿਰ ਐਮਐਲਏ ਬਣੇ ਫਿਰ ਬਾਈ ਇਲੈਕਸ਼ਨ ਚ ਵੀ ਦੇਖ ਲਿਆ ਥੋੜਾ ਜਿਹਾ ਔਰ ਖਾਸ ਤੌਰ ਤੇ ਮੈਂ ਕਿਹਾ ਨਾ ਇੰਨੇ ਟਾਈਮ ਚ ਇੱਕ ਕਟੁਕਟੇ ਪਤਾ ਲੱਗ ਜਾਂਦਾ ਵੀ ਆਹਾ ਹਾ ਕੰਮ ਹਾਲੇ ਤੱਕ ਪੈਂਡਿੰਗ ਪਏ ਹੋਏ ਹੈਗੇ ਸਮਾਜ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਤੁਹਾਨੂੰ ਮੈਂ ਗਲਦਸੇ ਤੁਸੀਂ ਬੀਰੋਕ੍ਰੇਸੀ ਦੀ ਤਾਂ ਇਹ ਮਤਨ ਗਲਤ ਹੈ ਵੀ ਸਮੇਂ ਤੋਂ ਪਹਿਲਾਂ ਕੋਈ ਗੱਲ ਨਹੀਂ ਹੋ ਸਕਦੀ ਹਰ ਚੀਜ਼ ਨੂੰ ਐਗਜ਼ਾਮਨ ਕਰਕੇ ਜੋ ਫੈਕਟਸ ਹੈ ਤਾਂ ਪ੍ਰੈਸ ਦੇ ਸਾਹਮਣੇ ਅਸੀਂ ਉਹ ਲਿਆਵਾਂਗੇ ਕਰਾਂਗੇ ਸਾਰੇ ਕੰਮ ਕਰਾਂਗੇ ਜਿੱਥੇ ਕੋਈ ਕਾਮੀ ਪੇਸ਼ੀ ਪੈਸੇ ਦੀ ਹੈ ਉਹ ਵੀ ਸਾਰਾ ਠੀਕ ਕਰਾਂਗੇ ਸਿਸਟਮ ਨੂੰ ਠੀਕ ਕਰਾਂਗੇ ਦਿੱਲੀ ਦੇ ਵਿੱਚ ਕੂੜੇ ਦੇ ਢੇਰਾਂ ਨੂੰ ਲੈ ਕੇ ਇਸ ਵਾਰ ਗੱਲਬਾਤ ਕੀਤੀ ਤਾਂ ਦਿੱਲੀ ਦੇ ਵਿੱਚ ਵੀ ਮੇਹਰਾਮ ਆਦਮੀ ਪਾਰਟੀ ਦਾ ਬਣਿਆ ਪੰਜਾਬ ਦੇ ਵਿੱਚ ਵੀ ਜਲੰਧਰ ਇਲੈਕਸ਼ਨ ਦੇ ਵਿੱਚ ਖਾਸ ਤੌਰ ਤੇ ਕੂੜੇ ਦੇ ਢੇਰਾਂ ਨੂੰ ਲੈ ਕੇ ਬਹੁਤ ਜ਼ਿਕਰ ਹੋਇਆ ਕਿ ਵੱਡੇ ਵੱਡੇ ਕੂੜੇ ਦੇ ਢੇਰ ਲੱਗੇ ਹੋਏ ਆ ਜੇਕਰ ਅਸੀਂ ਦਿੱਲੀ ਦਾ ਖਤਮ ਕਰ ਸਕਦੇ ਇੱਥੋਂ ਦੇ ਵੀ ਕਰਾਂਗੇ ਅਜਿਹਾ ਹੀ ਬਹੁਤ ਸਾਰੇ ਹੋਰ ਸ਼ਹਿਰਾਂ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਕਿ ਜਾਂ ਕੂੜੇ ਦੇ ਡੰਪ ਬਾਹਰ ਕਿਸੇ ਜਗ੍ਹਾ ਤੇ ਹੋਣ ਜਾਂ ਘਟੋ ਘਟ ਕੂੜੇ ਦੇ ਡੰਪ ਬਣ ਨਹੀਂ ਦਿੱਤੇ ਜਾਣ ਡੈਫੀਨਟਲੀ ਡੈਫੀਨਟਲੀ ਤੁਹਾਨੂੰ ਜਿਹੜਾ ਨਾ ਜੀ ਤੁਸੀਂ ਉਹਦੇ ਵਾਸਤੇ ਸੋਲਵ ਬੇਸ ਪਲਾਨਟ ਵਾਸਤੇ ਰੀਸੈਂਟਲੀ ਅਸੀਂ ਲਾਈ ਹੈ ਗੋਰੀ ਪ੍ਰੋਸੈਸ ਦੇ ਵਿੱਚ ਹੈ ਤਾਂ ਇਸ ਕਰਕੇ ਸ਼ਹਿਰਾਂ ਦੇ ਵਿੱਚ ਵੀ ਐਗਜ਼ਾਮਨ ਕੀਤਾ ਜਾਵੇਗਾ ਜਿੱਥੇ ਕੋਈ ਲੋਡ ਹੋ ਡੈਫੀਨਿਟਲੀ ਉਹਨੂੰ ਕਰਾਂਗੇ ਸਫਾਈ ਆਪਣੀ ਮੇਨ ਪ੍ਰਾਇਓਰਟੀ ਹੋਵੇਗੀ ਬਹੁਤ ਸਾਰੇ ਜਿਹੜੇ ਸਫਾਈ ਕਰਮਚਾਰੀਆਂ ਤੁਸੀਂ ਜ਼ਿਕਰ ਕੀਤਾ ਹੈਗਾ ਪੰਜਾਬ ਦੇ ਵਿੱਚ ਕੱਚੇ ਮਜ਼ਦੂਰ ਦੇ ਤੌਰ ਤੇ ਕੰਮ ਕਰ ਰਹੇ ਜੇ ਬਹੁਤ ਘੱਟ ਤਨਖਾਹਾਂ ਦੇ ਕੰਮ ਕਰ ਰਹੇ ਜਾਂ ਕਿਸੇ ਥਰਡ ਪਾਰਟੀ ਨੂੰ ਇਹੋ ਜਿਹਾ ਕੰਮ ਦਿੱਤਾ ਹੈ ਔਰ ਉਹ ਸ਼ੋਸ਼ਨ ਬਹੁਤ ਕਰ ਰਹੇ ਮਜ਼ਦੂਰਾਂ ਦਾ ਇਹਨਾਂ ਚੀਜ਼ਾਂ ਨੂੰ ਲੈ ਕੇ ਧਿਆਨ ਦੇਵੋਗੇ ਕਿ ਘਟੂ ਘਟ ਜਿਹੜਾ ਮਜ਼ਦੂਰ ਸ਼ਹਿਰ ਦੀ ਸਫਾਈ ਕਰ ਰਿਹਾ ਉਹਦੀ ਜ਼ਿੰਦਗੀ ਵੀ ਘਟੂ ਘਟ ਸਾਫ਼ ਸੁਥਰੀ ਰਹੇ ਡੈਫੀਨਟਲੀ ਜੀ ਅਸੀਂ ਉਹਨਾਂ ਦਾ ਖਿਆਲ ਰੱਖਾਂਗੇ ਕੋਈ ਹਿਊਮਨ ਬੀਇੰਗ ਹੈ ਉਹ ਜੋ ਉਹਨਾਂ ਦੀਆਂ ਲੋੜਾਂ ਉਹਨਾਂ ਦੀ ਨੈਸੈਸਿਟੀ ਹੋਵੇ ਉਹਨਾਂ ਨੂੰ ਦੇਖਿਆ ਜਾਵੇ ਗਿੱਦੜਵਾ ਇੱਕ ਏਰੀਆ ਉੱਥੇ ਪਿਛਲੇ ਲਗਭਗ 22 ਮਹੀਨਿਆਂ ਤੋਂ ਜਿਹੜੇ ਮੁਲਾਜ਼ਮੋਂ ਕਰੇ ਸਾਨੂੰ ਤਨਖਾਹ ਹੀ ਨਹੀਂ ਮਿਲ ਪਈ ਹਲੇ ਤੱਕ ਦੇਖਾਂਗੇ ਜੀ ਇਗਜ਼ਾਮਨ ਕਰਾਂਗੇ ਤੁਸੀਂ ਨੋਟਿਸ ਲੈਂਦੇ ਨਾ ਗੱਲ ਮੈਂ ਤੇ ਫਸਤੇ ਆ ਕੇ ਬੈਠਾ ਹੀ ਹਾਂ ਦੇਖਾਂਗਾ ਮਜੋ ਹੈਗਾ ਸਾਡਾ ਕੰਮ ਤਾਂ ਥੋੜੀ ਦਾ ਗੱਲ ਪੰਚਾਉਣਾ ਸੀ ਹਾਂ ਡੈਫੀਨਿਟਲੀ ਡੈਫੀਨਿਟਲੀ ਤਾਂ ਗੱਲਬਾਤ ਕਰ ਰਹੇ ਸੀ ਪੰਜਾਬ ਦੇ ਨਵੇਂ ਕੈਬਨਟ ਮੰਤਰੀ ਬਲਕਾਰ ਸਿੰਘ ਦੇ ਨਾਲ ਜਿਨ੍ਹਾਂ ਦੇ ਵੱਲੋਂ ਅੱਜ ਆਪਣਾ ਅਹੁਦਾ ਜਿਹੜਾ ਉਹ ਸੰਭਾਲ ਲਿਆ ਗਿਆ ਹੈਗਾ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਹੌਲੀ-ਹੌਲੀ ਜਿਹੜੀਆਂ ਤਮਾਮ ਗੱਲਾਂ ਨੇ ਉਹਨਾਂ ਤੇ ਧਿਆਨ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ ਜਿਹੜਾ ਸੁਧਾਰ ਕਿਸ ਤਰੀਕੇ ਦੇ ਨਾਲ ਕਰਨਾ ਹੈਗਾ ਉਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਜਿਹੜੀ ਗੱਲਬਾਤ ਹੈਗੀ ਉਹ ਦੇਖੀ ਜਾਏਗੀ ਕਿਉਂਕਿ ਅੱਜ ਪਹਿਲਾ ਦਿਨ ਹੈ ਬਹੁਤ ਸਾਰੇ ਮੁੱਦੇ ਜਿਹੀ ਹੀ ਹੁੰਦੇ ਆ ਜਿਹੜੇ ਚਰਚਾ ਦੇ ਵਿੱਚ ਨਹੀਂ ਰਹਿੰਦੇ